ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ। ਮੈਂ ਤੁਹਾਡਾ ਆਪਣਾ ਦੋਸਤ ਸੁਰਿੰਦਰ ਸਿੰਘ, ਅਤੇ ਅੱਜ ਅਸੀਂ ਖੜ੍ਹੇ ਹਾਂ ਜੀ, ਪਹਿਲਾਂ ਲੋਕੇਸ਼ਨ ਦਿਖਾਤੀ ਹੈ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਹੜਾ ਸਥਾਨ ਹੈ ਮਾਡਲ ਟਾਊਨ ਲੁਧਿਆਣਾ ਦੇ ਵਿੱਚ। ਠੀਕ ਹੈ ਜੀ, ਅਸੀਂ ਰੋਜ਼ ਇੱਥੋਂ ਲੰਘਦੇ ਹਾਂ। ਪਹਿਲਾਂ ਵੀ ਇੱਥੇ ਇਹਨਾਂ ਨੇ ਨਾਮ ਰੱਖਿਆ ਹੋਇਆ ਦੀਪ ਗੋਲ ਗੱਪੇ ਸਪੈਸ਼ਲ, ਦਹੀਂ ਭੱਲਾ, ਬੇਲਪੁੜੀ 50 ਰੁਪਈਏ, ਸੇਬ ਪੁੜੀ 50 ਰੁਪਈਏ। ਪਰ ਮੈਂ ਨਾ ਪਿਛਲੇ 1 ਘੰਟੇ ਤੋਂ ਖੜ੍ਹਾ, ਮੈਂ ਕੋਈ ਗਾਹਕ ਨਹੀਂ ਦੇਖਿਆ ਇੱਥੇ। ਅਸੀਂ ਉੱਥੇ ਗੱਡੀ 'ਚ ਇੰਤਜ਼ਾਰ ਕਰ ਰਹੇ ਸੀ ਕਿਸੇ ਦਾ, ਮੈਂ ਗਾਹਕ ਨਹੀਂ ਦੇਖਿਆ। ਅੰਕਲ ਜੀ, ਮੇਰੇ ਹਿਸਾਬ ਨਾਲ ਅਸੀਂ ਪਹਿਲਾਂ ਵੀ ਇਹਨਾਂ ਨਾਲ ਗੱਲਬਾਤ ਕੀਤੀ ਸੀ, ਅਜੇ ਤੁਹਾਨੂੰ ਆਪਾਂ ਲਾਈਵ ਗੱਲਬਾਤ ਹੀ ਕਰਾਉਂਦੇ ਹਾਂ। ਅੰਕਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦਰਸ਼ਕ ਤੁਹਾਨੂੰ ਦੇਖ ਰਹੇ ਨੇ ਫੇਸਬੁੱਕ 'ਤੇ, ਠੀਕ ਹੈ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਅੰਕਲ ਜੀ ਵੀ ਸਾਡੀ ਵੀਡੀਓ ਦੇਖਦੇ ਆ। ਦੇਖਦੇ ਹੋ ਅੰਕਲ? ਵਧੀਆ ਲੱਗਦੀ ਹੈ, ਬਹੁਤ ਵਧੀਆ। ਚਲੋ ਆਪਾਂ ਮੁੱਦੇ ਦੀ ਗੱਲ ਕਰੀਏ, ਪਿਛਲੇ 1 ਘੰਟੇ ਤੋਂ ਗਾਹਕ ਨਹੀਂ ਆ ਰਿਹਾ, ਕੀ ਕਾਰਨ ਆ? ਪਤਾ ਰੱਬ ਹੀ ਜਾਣਦਾ ਕੀ ਕਾਰਨ। ਅਸੀਂ ਤਾਂ ਲਖਾਣੇ 4 ਵਜੇ ਦੇ ਆ ਗਏ। ਪਹਿਲਾਂ ਤਾਂ ਆਪਣੀ ਉਮਰ ਦੱਸਿਓ ਕਿੰਨੀ ਹੈ? 65 ਦੇ ਕਰੀਬ। 65? 65 ਸਾਲ। ਕੀ ਮਜਬੂਰੀ ਹੈ ਤੁਹਾਨੂੰ ਇੱਥੇ ਖੜ੍ਹ ਕੇ ਕੰਮ ਕਰਨਾ ਪੈ ਰਿਹਾ? ਇਹ ਤੁਹਾਡੇ ਵਾਈਫ ਨੇ? ਹਾਂਜੀ ਹਾਂਜੀ। ਅੱਛਾ, ਮਤਲਬ ਇੱਦਾਂ ਹੈਗਾ ਕਿ ਤੁਸੀਂ ਘਰ ਬਹਿ ਕੇ ਰੋਟੀ ਖਾਓ ਅਤੇ ਕੰਮ ਕਰਨ ਦੀ ਲੋੜ ਨਹੀਂ ਹੈਗੀ? ਨਹੀਂ, ਐਸਾ ਕੁਛ ਨਹੀਂ। ਮਿਹਨਤ ਕਰਨੀ ਪੈ ਰਹੀ ਇਸ ਉਮਰ 'ਚ ਵੀ? ਹਾਂ, ਫੁੱਲ ਮਿਹਨਤ ਕਰਨੀ ਪੈ। 65 ਸਾਲ ਦੀ ਉਮਰ, ਹਾਂ, ਸੜਕ 'ਤੇ ਖੜ੍ਹੇ ਹਾਂ। ਇਹ ਜਿਹੜਾ ਕਾਊਂਟਰ ਕਿਸੇ ਸੰਸਥਾ ਨੇ ਲਾਇਆ ਸੀ ਨਾ? ਹਾਂ, ਕਿਸੇ ਸੰਸਥਾ ਨੇ ਲਗਾਇਆ ਸੀ, ਯੂਨਾਈਟਿਡ ਸਿੱਖਸ ਵਾਲਿਆਂ ਨੇ। ਯੂਨਾਈਟਿਡ ਸਿੱਖ ਸੰਸਥਾ ਜਿਹੜੀ ਆ ਉਹਨਾਂ ਨੇ ਲਾਇਆ। ਚਲੋ, ਉਹਨਾਂ ਦਾ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਕਾਊਂਟਰ ਲਾ ਕੇ ਦਿੱਤਾ। ਪਰ ਸੋਚਣ ਵਾਲੀ ਗੱਲ ਇਹ ਹੈ, ਗਾਹਕ ਕਿਉਂ ਨਹੀਂ ਆ ਰਿਹਾ? ਮੈਂ ਪਿਛਲੀ ਵੀਡੀਓ 'ਚ ਕਿਹਾ ਸੀ, ਉਸ ਤੋਂ ਪਿਛਲੀ ਵੀਡੀਓ 'ਚ ਵੀ ਕਿਹਾ ਸੀ, ਲੋਕਾਂ ਨੇ ਨਾ ਚਸਕਾ ਪੈ ਗਿਆ ਸਵਾਦ ਦਾ, ਕਾਹਦਾ, ਗੰਦ ਖਾਣ ਦਾ। ਆਪਾਂ ਉਹ ਬੰਦਿਆਂ ਦਾ ਸਾਥ ਦਿੰਦੇ ਹਾਂ ਜਿੱਥੇ ਜਾ ਕੇ ਨਾ ਫੂਡ ਬਲੌਗਰ ਵੀਡੀਓ ਬਣਾ ਦਿੰਦੇ ਆ, ਭਾਵੇਂ ਉਹ ਚੀਜ਼ ਸਵਾਦ ਹੋਵੇ ਨਾ ਹੋਵੇ, ਹੈ ਨਾ, ਉਹ ਆਪਾਂ ਖਾਣ ਲੱਗ ਜਾਂਦੇ ਹਾਂ। ਪਰ ਜਿਹੜਾ ਬੰਦਾ ਸਾਫ਼ ਸੁਥਰਾ ਕੰਮ ਕਰ ਰਿਹਾ, ਮਿਹਨਤ ਕਰ ਰਿਹਾ, ਉਹ ਪਤਾ ਨਹੀਂ ਆਪਾਂ ਕਿਉਂ ਨਹੀਂ ਖਾਂਦੇ। ਅੰਕਲ, ਕੋਈ ਕਮੀ ਆ ਤੁਹਾਡੀ ਚੀਜ਼ 'ਚ? ਸਾਡੀ ਵੱਲੋਂ ਤਾਂ ਕੋਈ ਕਮੀ ਨਹੀਂ ਹੈਗੀ ਆ। ਸਵੇਰੇ ਕਿੰਨੇ ਵਜੇ ਉੱਠਦੇ ਹੋ ਅੰਕਲ? ਸਵੇਰੇ 8 ਵਜੇ ਕਰੀਬ ਕੰਮ 'ਤੇ ਲੱਗ ਜਾਈਦਾ ਹੈਗਾ, ਸਮਾਨ ਤਿਆਰ ਕਰਦਾ। ਗੋਲ ਗੱਪੇ ਤਲਣੇ ਵੀ ਆ, ਸਮਾਨ ਜਿਹੜਾ ਪਾਣੀ ਪੁਣੀ, ਪਾਣੀ ਤੁਹਾਡਾ ਫਿੱਕਾ ਹੁੰਦਾ? ਮਤਲਬ ਗਾਹਕ ਫਿਰ ਤਾਂ ਹੀ ਨਹੀਂ ਆਉਂਦਾ ਹੋਣਾ, ਹੈ ਨਾ? ਹੱਥਾਂ ਦੀ ਮੈਲ ਮੂਲ ਜਿਹੜੀ ਜਦੋਂ ਤੱਕ ਜਾਂਦੀ ਨਹੀਂ ਨਾ ਲੋਕਾਂ ਦੇ ਹੱਥਾਂ, ਮਤਲਬ ਮੂੰਹ ਦੇ ਵਿੱਚ ਸਵਾਦ ਨਹੀਂ ਆਉਂਦਾ, ਹੈ ਨਾ? ਤੁਹਾਨੂੰ ਕੀ ਗੱਲ, ਮਸਾਲਾ ਨਹੀਂ ਮਿਲਦਾ ਕੋਈ ਜ਼ਿਆਦਾ? ਨਹੀਂ, ਸਾਨੂੰ ਤਾਂ ਮਸਾਲੇ ਤਾਂ ਅਸੀਂ ਸਾਰੇ। ਤੁਸੀਂ ਇੱਕ ਚੀਜ਼ ਨੋਟ ਕੀਤੀ ਆ, ਨੇੜੇ ਆਓ, ਆਹ ਵਾਟਰ ਕੂਲਰ ਰੱਖੇ, ਇਹਦੇ ਵਿੱਚ ਹੋਰ ਕੁਛ ਨਹੀਂ ਹੈਗਾ, ਇਹ 'ਚ ਗੋਲ ਗੱਪਿਆਂ ਦਾ ਪਾਣੀ ਆ। ਤੁਸੀਂ ਆਮ ਤੌਰ 'ਤੇ ਦੇਖਿਆ ਹੁਣ, ਮੇਰੀ ਵੀ ਹੁਣੇ ਇਹ ਦਿਮਾਗ 'ਚ ਚੀਜ਼ ਆਈ ਆ ਕਿ ਜਦੋਂ ਆਪਾਂ ਗੋਲ ਗੱਪੇ ਖਾਣ ਜਾਂਦੇ ਖੁੱਲ੍ਹੇ ਘੜੇ ਹੁੰਦੇ ਆ ਜੀ, ਮੱਖੀ ਮੱਛਰ ਨੇੜੇ ਤੇੜੇ ਘੁੰਮਦਾ ਹੁੰਦਾ, ਇਹਦੇ ਵਿੱਚ ਤਾਂ ਨਹੀਂ ਜਾਊਗਾ? ਨਹੀਂ ਜੀ, ਕਿੱਥੇ, ਮੈਂ ਤਾਂ ਗੋਲ ਗੱਪਾ ਖਵਾਉਣਾ ਬੰਦ ਕਰ ਦਿੰਦਾ ਉਸ ਵੇਲੇ। ਅੱਛਾ, ਹਾਂ, ਅਤੇ ਜੇ ਜ਼ਿਆਦਾ ਮਤਲਬ ਚਸਕੇਦਾਰ ਬੰਦਾ, ਟੂਟੀ ਨੂੰ ਮੂੰਹ ਤਾਂ ਨਹੀਂ ਲਾ ਦਿੰਦੇ ਉਹਦਾ? ਅਰੇ, ਹੱਥ ਨਹੀਂ ਲਗਾਉਂਦੇ ਕਿਸੇ ਨੂੰ। ਦੇਖੋ, ਮਜ਼ਾਕ ਰਿਹਾ ਇੱਕ ਜਗ੍ਹਾ 'ਤੇ, ਮੇਰੇ ਦਿਲ ਦੀ ਜਿਹੜੀ ਖੁਆਇਸ਼ ਹੈ ਨਾ ਉਹ ਇਹ ਹੈ ਕਿ ਹਰ ਬੰਦੇ ਦੀ ਰੋਟੀ ਚੱਲਣੀ ਚਾਹੀਦੀ ਆ। ਅੰਕਲ ਸਹੀ ਦੱਸਿਓ, ਜੇ ਸੀਜ਼ਨ ਵੀ ਜਿਵੇਂ ਸੰਡੇ ਵਾਲਾ ਦਿਨ ਆ, ਇੱਥੇ ਸੰਗਤ ਜ਼ਿਆਦਾ ਆਉਂਦੀ ਆ, ਮੇਰੇ ਹਿਸਾਬ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਜਿਹੜੀ ਆ ਨਾ ਰੋਜ਼ ਦਾ ਤਕਰੀਬਨ 1 ਲੱਖ ਬੰਦਾ ਤਾਂ ਆਉਂਦਾ ਹੋਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਹੈ ਜੀ। 1 ਲੱਖ ਬੰਦੇ 'ਚ 10 ਸਰਦਾਰ ਭਰਾ, 20 ਸਰਦਾਰ ਭਰਾ ਵੀ ਇੱਥੇ ਨਹੀਂ ਆਉਂਦੇ, ਕਾਰਨ ਕੀ ਪਤਾ ਨਹੀਂ, ਇਹ ਵੀਡੀਓ ਥਰੂ ਪਤਾ ਲੱਗੂਗਾ, ਠੀਕ ਹੈ। ਦੇਖੋ, ਕੰਨਾਂ 'ਚ ਗੁਰਬਾਣੀ ਪੈ ਰਹੀ ਆ, ਇਹ ਆਨੰਦ ਹੈ, ਇੱਥੇ ਤੁਸੀਂ ਆਓ, ਜੇ ਤੁਹਾਨੂੰ ਮਾੜੀ ਚੀਜ਼ ਲੱਗੇ ਤਾਂ ਕੰਪਲੇਂਟ ਕਰੋ ਤਾਂ ਕਿ ਸੁਧਾਰ ਹੋ ਸਕੇ। ਮੈਂ ਤੁਹਾਨੂੰ ਪੁੱਛਣ ਲੱਗਿਆ ਸੀਗਾ, ਜੇ ਸੰਡੇ ਦਾ ਦਿਨ ਆ, ਵੱਧ ਤੋਂ ਵੱਧ ਸੇਲ ਕਿੰਨੀ ਹੁੰਦੀ ਆ? ਬਹੁਤ ਹੱਦ ਹੁੰਦੀ, ਸੰਡੇ ਵਾਲੇ ਦਿਨ ਵੀ ਤਾਂ 800-900 ਰੁਪਏ ਬਸ। 800-900 ਰੁਪਈਆ ਅਤੇ ਨੋਰਮਲ ਡੇ ਦੇ ਵਿੱਚ?
ਨਾਰਮਲ ਡੇ 500-600 ਰੁਪਏ 5 ਤੋਂ 600 ਰੁਪਏ ਤੇ ਉਹਦੇ ਵਿੱਚ ਖਰਚੇ ਵੀ ਨੇ ਸਾਰੇ ਖਰਚੇ ਵੀ ਨੇ ਆਪਣੇ ਵੀ ਖਰਚੇ ਨੇ ਸਵਾਰੀ ਦੇ ਖਰਚੇ ਨੇ ਸਭ ਖਰਚੇ ਨੇ ਮਤਲਬ ਉਹਦੇ ਵਿੱਚ 100-200 ਬਚਦਾ ਹੋਣਾ 100-200 ਹੀ ਬਚਦਾ ਬੜੀ ਮੁਸ਼ਕਿਲ ਇੰਨਾ ਤਾਂ ਅੰਕਲ ਰਾਸ਼ਨ ਨਹੀਂ ਆ ਜਾਂਦਾ ਫਿਰ ਬਾਬਾ ਪੂਰੀਆਂ ਪਾਈ ਜਾਂਦਾ ਕਿਸੇ ਤਰੀਕੇ ਦੇਖੋ ਜਿਹੜੀ ਮਨ 'ਚ ਉਦਾਸੀ ਆ ਨਾ ਉਹ ਸਭ ਕੁਛ ਬਿਆਨ ਕਰਦੀ ਹੁੰਦੀ ਹੈ ਦੁਨੀਆਂ 'ਤੇ ਇਹ ਵੀ ਨਹੀਂ ਕਿ ਕੋਈ ਗੋਲ ਗੱਪੇ ਨਹੀਂ ਖਾਂਦਾ ਦੁਨੀਆਂ 'ਤੇ ਇਹ ਵੀ ਨਹੀਂ ਕਿ ਲੋਕਾਂ ਕੋਲ ਪੈਸਾ ਹੈ ਨਹੀਂ ਦੁਨੀਆਂ 'ਤੇ ਇਹ ਵੀ ਚੀਜ਼ਾਂ ਨੇ ਕਿ ਲੋਕ ਨੇੜੇ ਤੇੜੇ ਆਹੀ ਮਾਰਕੀਟ ਦੇ ਵਿੱਚ ਲੋਕ ਲੱਖਾਂ ਦਾ ਕਾਰੋਬਾਰ ਹੈ ਲੱਖਾਂ ਦਾ ਕਰੋੜਾਂ ਦਾ ਵੀ ਹੈਗਾ ਲੋਕ ਖਾਂਦੇ ਵੀ ਨੇ ਹੋਰ ਬਹੁਤ ਚੀਜ਼ਾਂ ਆਉਂਦੀਆਂ ਭਾਂਤ ਭਾਂਤ ਦੀਆਂ ਤਲੀਆਂ ਮਿੱਠੀਆਂ ਹੈ ਨਾ ਉਹ ਖਾਂਦੇ ਨੇ ਗੋਲ ਗੱਪੇ ਦਾ ਕੁਛ ਮੈਨੂੰ ਮੈਂ ਨਹੀਂ ਸਮਝਦਾ ਕਿ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਗੋਲ ਗੱਪੇ ਖਾਓ ਮੈਂ ਚਾਹੁੰਦਾ ਕਿ ਆਪਾਂ ਕਿਸੇ ਦਾ ਹੈਲਪਿੰਗ ਹੈਂਡ ਬਣ ਸਕਦੇ ਹਾਂ ਹੈ ਨਾ ਜੇ ਤੁਸੀਂ 10-20 ਰੁਪਏ 50 ਰੁਪਏ ਤਾਂ ਖਾ ਵੀ ਜਾਓਗੇ ਮੇਰੇ ਹਿਸਾਬ ਨਾਲ ਕੋਈ ਫਰਕ ਨਹੀਂ ਪੈਂਦਾ ਅੰਕਲ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਸਾਡਾ ਹੌਸਲਾ ਵਜਾਈ ਹੋ ਜਾਂਦੀ ਇਹ ਕੋਈ ਪੇਡ ਪ੍ਰਮੋਸ਼ਨ ਤਾਂ ਨਹੀਂ ਮੈਂ ਤੁਹਾਡੇ ਤੋਂ ਪੈਸੇ ਤਾਂ ਨਹੀਂ ਲਏ ਵੀਡੀਓ ਬਣਾ ਨਹੀਂ ਨਹੀਂ ਕਦੀ ਹੈ ਅਸੀਂ ਆਉਂਦੇ ਹਾਂ ਜਦੋਂ ਵੀ ਆਉਂਦੇ ਤੁਹਾਨੂੰ ਮਿਲ ਕੇ ਜਾਂਦੇ ਹਾਂ ਮਿਲ ਕੇ ਜਾਣਾ ਅੰਕਲ ਨਾਲ ਪਿਆਰ ਆ ਆਂਟੀ ਹੁਣਾਂ ਨਾਲ ਪਿਆਰ ਆ ਆਂਟੀ ਅੱਜ ਸ਼ਰਮਾ ਰਹੇ ਕਹਿੰਦੇ ਮੈਂ ਕੈਮਰੇ ਮੂਹਰੇ ਨਹੀਂ ਆਉਣਾ ਪਰ ਮੈਂ ਮੇਰਾ ਕੈਮਰਾਮੈਨ ਢੀਠ ਹੈ ਜ਼ਰੂਰ ਦਿਖਾਊਗਾ ਆਂਟੀ ਤੁਸੀਂ ਆਂਟੀ ਤੁਹਾਡੀ ਉਮਰ ਕਿੰਨੀ ਆ 62 ਸਾਲ ਆਂਟੀ ਦੀ ਉਮਰ ਹੈ 62 ਸਾਲ ਅਤੇ ਅੰਕਲ ਆਂਟੀ ਤੁਸੀਂ ਨਾਲ ਕਿਉਂ ਰਹਿੰਦੇ ਘਰੇ ਕਿਉਂ ਨਹੀਂ ਰਹਿੰਦੇ ਦਿਲ ਨਹੀਂ ਲੱਗਦਾ ਘਰੇ ਅੰਕਲ ਤੋਂ ਬਿਨਾਂ ਹੈ ਇਹ ਹੁੰਦਾ ਉਮਰਾਂ ਦੀ ਸਾਂਝ ਹੈ ਇਹ ਪਿਆਰ ਹੈ ਜਿਹੜਾ ਜੋੜੀ ਰੱਖਦਾ ਜਿੱਥੇ ਬੈਠੇ ਨੇ ਆਹ ਹੁਣ ਥੋੜ੍ਹਾ ਜਿਹਾ ਮੌਸਮ ਸੈੱਟ ਹੋਇਆ 4 ਵਜੇ ਦੇ ਅੰਕਲ ਆਉਂਦੇ ਨੇ 4-4:30 ਆ ਜਾਂਦੇ ਹੋ ਐਡੀ ਗਰਮੀ ਇੰਨੀ ਤਪਦੀ ਧੁੱਪ ਦੇ ਵਿੱਚ ਆਪਣਾ ਜਿਹੜਾ ਕਾਰੋਬਾਰ ਸੈੱਟ ਕਰਦੇ ਨੇ ਜਿਹੜਾ ਟੇਲਾ ਲਾ ਇੱਥੇ ਕੀ ਕੀ ਬਣਦਾ ਅੰਕਲ ਤੁਹਾਡੇ ਕੋਲ ਸਾਡੇ ਕੋਲ ਗੋਲ ਗੱਪੇ ਹੈਗੇ ਨੇ ਪਾਣੀ ਵਾਲੇ ਵੀ ਹੈਗੇ ਨੇ ਸੂਜੀ ਵਾਲੇ ਗੋਲ ਗੱਪੇ ਵੀ ਹੈਗੇ ਨੇ ਦਹੀਂ ਵਾਲੇ ਗੋਲ ਗੱਪੇ ਵੀ ਹੈਗੇ ਨੇ ਭੇਲਪੁਰੀ ਵੀ ਹੈਗੀ ਆ ਸੇਵਪੁਰੀ ਵੀ ਹੈਗੀ ਆ ਮੈਨੂੰ ਲੱਗਦਾ ਪਿੱਛੇ ਜਿਹੇ ਟਿੱਕੀ ਵੀ ਸ਼ੁਰੂ ਕੀਤੀ ਸੀ ਉਹ ਫਲੋਪ ਹੋ ਗਿਆ ਇੰਨੀ ਵਧੀਆ ਕੋਈ ਨਾ ਗੁਰੂ ਮਹਾਰਾਜ ਤੇ ਵਿਸ਼ਵਾਸ ਰੱਖੋ ਸਾਡੇ ਨਾਲ ਇੰਨੇ ਕੁ ਪਿਆਰ ਕਰਨ ਵਾਲੀ ਜਨਤਾ ਜੁੜੀ ਹੋਈ ਹੈ ਲੋਕਲ ਵੀ ਐਡਰੈਸ ਮੈਂ ਦੱਸ ਦਿੰਦਾ ਤੁਹਾਨੂੰ ਲੁਧਿਆਣਾ ਗੁਰਦੁਆਰਾ ਮੋਲਲ ਟਾਊਨ ਐਕਸਟੈਂਸ਼ਨ ਸਾਹਮਣੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸਾਹਿਬ ਠੀਕ ਹੈ ਆਹ ਜਿਹੜਾ ਮੇਨ ਗੇਟ ਹੈ ਐਕਸਟੈਂਸ਼ਨ ਗੁਰਦੁਆਰਾ ਸਾਹਿਬ ਦਾ ਉਹਦੇ ਬਿਲਕੁਲ ਸਾਹਮਣੇ ਖੜ੍ਹੇ ਨੇ ਅੰਕਲ ਜੀ ਅੰਕਲ ਆਂਟੀ ਇੱਥੇ ਮਿਲਣਗੇ 5 ਵਜੇ ਦਾ ਲਾ ਲੈਂਦੇ 5 ਵਜੇ ਤੋਂ ਸ਼ਾਮ ਰਾਤ 10 ਵਜੇ ਤੱਕ ਹੁੰਦੇ ਆ 5-6 ਘੰਟੇ ਇੱਥੇ ਹੁੰਦੇ ਨੇ ਠੀਕ ਹੈ ਤੁਸੀਂ ਆਓ ਜੇ ਤੁਹਾਨੂੰ ਚੀਜ਼ ਵਧੀਆ ਲੱਗਦੀ ਹੈ ਇਹਨਾਂ ਨੂੰ ਕੰਪਲੀਮੈਂਟ ਦੇ ਕੇ ਜਾਓ ਜੇ ਮਾੜੀ ਲੱਗਦੀ ਹੈ ਤਾਂ ਕਮੈਂਟ ਕਰਕੇ ਜਾਓ ਕਿ ਇਹ ਆਪਣੇ 'ਚ ਸੁਧਾਰ ਕਰ ਸਕਣ ਠੀਕ ਹੈ ਕੋਸ਼ਿਸ਼ ਇਹ ਹੈ ਕਿ ਇਹਨਾਂ ਦਾ ਕਾਰੋਬਾਰ ਚੱਲ ਪਵੇ ਇਸ ਵੀਡੀਓ ਦੇ ਰਾਹੀਂ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਇੱਕ ਚੀਜ਼ ਹੋਰ ਮੈਂ ਮੈਸੇਜ ਦੇ ਰਿਹਾ ਜੇ ਲੋਕਲ ਲੁਧਿਆਣੇ ਦੇ ਵਿੱਚ ਜੇ ਕੋਈ ਮਜਬੂਰ ਇੱਦਾਂ ਦਾ ਹੈਗਾ ਕਿ ਆਪਣੀ ਇਨਵੈਸਟਮੈਂਟ ਲਾ ਕੇ ਕੋਸ਼ਿਸ਼ ਕਰ ਰਿਹਾ ਉਹ ਧਰਮ ਮੈਟਰ ਨਹੀਂ ਕਰਦਾ ਉਹ ਹਿੰਦੂ ਹੈ ਮੁਸਲਮਾਨ ਹੈ ਜਾਂ ਸਿੱਖ ਹੈ ਜਿਹੜਾ ਮਰਜ਼ੀ ਹੈ ਜੇ ਉਹ ਇਨਵੈਸਟਮੈਂਟ ਕਰਕੇ ਕੰਮ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਨਹੀਂ ਚੱਲਦਾ ਪਿਆ ਉਹ ਮੈਨੂੰ ਮੈਸੇਜ ਕਰ ਸਕਦਾ ਮੇਰੀ ਫੇਸਬੁੱਕ 'ਤੇ ਜਾਂ ਵੀਡੀਓ ਥੱਲੇ ਕਮੈਂਟ ਵੀ ਕਰ ਦਿਓ ਠੀਕ ਹੈ ਆਪਣਾ ਨੰਬਰ ਦੇ ਦਿਓ ਉਹ ਮੈਂ ਜਦੋਂ ਵੀ ਫ੍ਰੀ ਟਾਈਮ ਹੋਊਗਾ ਤੁਹਾਨੂੰ ਕਾਲ ਕਰਕੇ ਤੁਹਾਨੂੰ ਜ਼ਰੂਰ ਮਿਲੂੰਗਾ ਅਤੇ ਅੰਕਲ ਜੀ ਜੇ ਮੇਰੇ ਵੱਲੋਂ ਕੋਈ ਬੰਦਾ ਆਉਂਦਾ ਜਿਵੇਂ ਉਹ ਕਹੂਗਾ ਕਿ ਮੈਂ ਵੀਡੀਓ ਦੇਖ ਕੇ ਆਇਆ ਠੀਕ ਹੈ ਇਹ ਤੁਹਾਡੀ ਗੱਲ ਆ ਸੋਸ਼ਲ ਮੀਡੀਆ 'ਤੇ ਦੱਸ ਰਿਹਾ ਜੇ ਕੋਈ ਮੇਰੇ ਵੱਲੋਂ ਆਉਂਦਾ ਹੈ ਕਿ ਵੀਡੀਓ ਦੇਖ ਕੇ ਆਇਆ ਹੈ ਨਾ ਜੇ ਉਹ ਕਹਿੰਦਾ ਮੈਂ ਗੋਲ ਗੱਪੇ ਖਾਣੇ ਮੇਰੇ ਕੋਲ ਪੈਸੇ ਹੈ ਨਹੀਂ ਤਾਂ ਤੁਸੀਂ ਲੈਣੇ ਨਹੀਂ ਹਾਂ ਠੀਕ ਹੈ ਉਹ ਤੁਸੀਂ ਮੇਰੇ ਤੋਂ ਲੈਣੇ ਪੈਸੇ ਠੀਕ ਹੈ ਜੀ ਮੈਂ ਦੁਬਾਰਾ ਕਲੀਅਰ ਕਰਦਾ ਜੇ ਤੁਹਾਡਾ ਮਨ ਕਰਦਾ ਇੱਥੇ ਆ ਕੇ ਗੋਲ ਗੱਪੇ ਖਾਣ ਦਾ ਤੁਸੀਂ ਤੁਹਾਡੇ ਕੋਲ ਨਹੀਂ ਪੈਸੇ ਹੈਗੇ ਤੁਸੀਂ ਨਾ ਖਾਓ ਉਹ ਮਤਲਬ ਤੁਸੀਂ ਖਾਓ ਪੈਸੇ ਨਾ ਦਿਓ ਠੀਕ ਹੈ ਅਤੇ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤਾਂ ਜ਼ਰੂਰ ਇੱਕ ਵਾਰੀ ਟੇਸਟ ਕਰੋ ਮੇਰੇ ਕਹਿਣ 'ਤੇ ਕਰੋ
ਤੇ ਇਦਾਂ ਹੋ ਸਕਦਾ ਕਿ ਤੁਹਾਡੇ 10-20 ਰੁਪਈਆਂ ਨਾਲ ਕਿਸੇ ਦੀ ਰੋਟੀ ਵਧੀਆ ਚੱਲਣੀ ਸ਼ੁਰੂ ਹੋ ਜੂਗੀ। ਠੀਕ ਹੈ ਜੀ ਅੰਕਲ ਜੀ, ਕੁਛ ਕਹਿਣਾ ਚਾਹੁੰਦੇ ਹੋ? ਬਸ ਮੇਰੇ ਬਾਰੇ ਗੱਲ ਅੰਕਲ ਅੰਕਲ ਆਂਟੀ ਵੱਲ ਦੇਖਦੇ ਕਿ ਮੈਂ ਬੋਲਾਂ ਕਿ ਨਾ ਬੋਲਾਂ, ਕਿ ਸ਼ਰਮਾਨੇ ਕਿਉਂ? ਆਪਾਂ ਤੁਹਾਡੇ ਨਾਲ 65 ਸਾਲ ਦੀ ਉਮਰ ਹੋ ਗਈ ਅੰਕਲ ਆਂਟੀ, ਤੁਹਾਡੇ ਇਸੇ ਗੱਲਾਂ ਕਰਕੇ ਮੈਂ ਵਿਆਹ ਨਹੀਂ ਕਰਾਇਆ ਅੰਕਲ। ਸਹੀ ਗੱਲ ਆ, ਤੁਹਾਡੇ ਵੱਲ ਦੇਖੀ ਜਾਂਦੇ, ਡਰੀ ਜਾਂਦੇ ਆ। ਮੈਂ ਥੋੜੀ ਦੇਰ ਪਹਿਲਾਂ ਪੁੱਛਿਆ, ਮੈਂ ਕਿਹਾ ਅੰਕਲ ਕਿਆ ਕਹਿੰਦੇ ਭਾਂਡੇ ਮਾਂਜਦੇ ਪਏ? ਸਵਾਦ ਦੇਖੋ, ਤੁਹਾਨੂੰ ਚੰਗਾ ਨਾ ਲੱਗੇ ਸਾਨੂੰ ਦੱਸੋ, ਖਾਣਾ ਤੇ ਲੋਕੀ ਹੈ ਹੀ ਆ, ਤੁਸੀਂ ਟੇਸਟ ਕਰੋ, ਟੇਸਟ ਵਧੀਆ ਲੱਗੇ ਆਓ ਦੁਬਾਰਾ ਆਓ। ਮੈਨੂੰ ਸਾਫ ਸੁਥਰਾ ਸਮਾਨ ਹੈ, ਮੈਨੂੰ ਖਵਾਓਗੇ? ਫ੍ਰੀ? ਬਿਲਕੁਲ ਫ੍ਰੀ, ਪੈਸੇ ਤਾਂ ਨਹੀਂ ਲਓਗੇ? ਕੋਈ ਨਹੀਂ, ਇਹੀ ਤਾਂ ਗਲਤੀ ਅੰਕਲ, 100 ਬੰਦੇ ਭੇਜੋ ਤਾਂ ਵੀ ਨਹੀਂ ਲਵਾਂਗੇ। ਨਹੀਂ ਨਹੀਂ ਨਹੀਂ, ਦੇਖੋ ਮੇਰੇ ਵੱਲੋਂ ਜਿਹੜਾ ਆਊਗਾ, ਜਿਹੜਾ ਕਹੂਗਾ ਮੇਰੇ ਕੋਲ ਪੈਸੇ ਨਹੀਂ ਹੈਗੇ, ਉਹ ਤੋਂ ਨਹੀਂ ਲੈਣੇ, ਬਾਕੀਆਂ ਤੋਂ ਲੈਣੇ ਆ। ਮੇਰਾ ਟੀਮ ਦਾ ਬੰਦਾ ਕੋਈ ਵੀ ਆਉਂਦਾ, ਪੈਸੇ ਤੋਂ ਬਿਨਾਂ ਭੇਜਣਾ ਨਹੀਂ। ਠੀਕ ਹੈ, ਵੱਧ ਲੈਣੇ 5-10 ਰੁਪਈਏ, ਉਹ ਪੈਸੇ ਸਾਡੇ ਬੰਦੇ ਕੋਲ, ਜਿਹਨੇ ਕੈਮਰਾ ਫੜਿਆ ਨਾ, ਲੱਖਾਂ ਵਧੀ ਬੰਦਾ ਹੈ, ਹੱਸੀ ਜਾਂਦਾ ਦੇਖ ਲਓ। ਚਲੋ ਇੰਨਾ ਕੁ ਜਿਹੜਾ ਸਾਡਾ ਮਨ ਪਰਚਾਵਾ ਤੁਹਾਡਾ ਅਸੀਂ ਕਰਦੇ ਰਹਾਂਗੇ, ਪਰ ਜ਼ਰੂਰੀ ਮੈਸੇਜ ਇਹ ਹੈ ਕਿ ਜਿਹੜਾ ਬੰਦਾ ਲੋੜਵੰਦ ਉਹਦੇ ਕੰਮ ਆਇਆ ਕਰੋ, ਕਿਸੇ ਨੂੰ ਉੱਦਾਂ ਪੈਸੇ ਦੇਣ ਦੀ ਬਜਾਏ ਜੇ ਕੋਈ ਕੰਮ ਕਰ ਰਿਹਾ ਨਾ, ਉਹਦੀ ਮਿਹਨਤ ਦਾ ਫਲ ਜਿਹੜਾ ਆਪਾਂ ਗੁਰੂ ਮਹਾਰਾਜ ਨੇ ਜੇ ਆਪਾਂ ਨੂੰ ਬਖਸ਼ਿਆ ਤਾਂ ਆਪਾਂ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ। ਠੀਕ ਹੈ, ਬੇਲਪੁੜੀ, ਚਲੋ ਬੇਲਪੁੜੀ ਵੀ ਟੇਸਟ ਕਰ ਲਿਓ। ਠੀਕ ਹੈ, ਤੁਸੀਂ ਮੈਨੂੰ ਨਾ ਅੰਕਲ ਅੱਜ ਨਾ ਭਰਮੇ ਗੋਲ ਗੱਪੇ ਖਵਾਓ, ਅਤੇ ਮੈਂ ਵੀਡੀਓ ਦੇ ਐਂਡ 'ਚ ਲਾਉਣਾ। ਠੀਕ ਹੈ, ਡਨ।